ਪੰਜਾਬ ਕੈਬਨਿਟ ਦੀ ਅੱਜ ਬੈਠਕ ਅਹਿਮ ਹੈ ਅਤੇ ਇਸ ਵਿੱਚ ਮੰਨਿਆ ਜਾ ਰਿਹਾ ਹੈ ਕਿ ਇਹ ਮੋਹਰ ਲਾ ਦਿੱਤੀ ਜਾਵੇਗੀ ਕਿ ਦੋ ਪੰਜਾਬ ਦੇ ਵਿਧਾਇਕ ਕਾਂਗਰਸ ਦੇ ਸੀਨੀਅਰ ਵਿਧਾਇਕ ਜੋ ਕਿ ਕਾਂਗਰਸ ਤੋਂ ਨਿਰਾਸ਼ ਚਲ ਰਹੇ ਸਨ ਮੁੱਖ ਮੰਤਰੀ ਕੈਪਟਨ ਵੱਲੋਂ ਉਹਨਾਂ ਨੂੰ ਆਪਣੇ ਖੇਮੇ 'ਚ ਕਰਨ ਲਈ ਜਿਹੜਾ ਉਹਨਾਂ ਦੇ ਫਰਜ਼ੰਦਾ ਨੂੰ ਵੱਡੇ ਅਹੁਦੇ ਦੇ ਕੇ ਨਵਾਜ਼ਿਆ ਜਾ ਰਿਹਾ ਹੈ ਦੱਸਿਆ ਕਿ ਲੁਧਿਆਣਾ ਦੇ ਜਿਹੜੇ ਸੀਨੀਅਰ ਕਾਂਗਰਸੀ ਵਿਧਾਇਕ ਨਿਰਕੇਸ਼ ਪਾਂਡੇ ਉਹਨਾਂ ਦੇ بیٹے ਜਿਹੜੇ ਦੁਸ਼ੰਤ ਪਾਂਡੇ ਐ ਉਹ ਵੀ ਇਸ ਵਿੱਚ ਸ਼ਾਮਿਲ ਐ ਉਹਨਾਂ ਨੂੰ ਤਹਿਸੀਲਦਾਰ ਲਾਉਣ ਦੀ ਜਿਹੜੀ ਕਵਾਇਦ ਚੱਲ ਰਹੀ ਐ ਅਤੇ ਨਾਲ ਹੀ ਫਤਿਹਜੰਗ ਸਿੰਘ ਬਾਜਵਾ ਦੇ ਜਿਹੜੇ ਫਰਜ਼ੰਦ ਨੇ ਉਹਨਾਂ ਦੇ ਵੀ بیٹے ਨੂੰ ਸਰਕਾਰੀ ਨੌਕਰੀ ਦੇਣ ਦਾ ਡੀਐਸਪੀ ਲਾਉਣ ਦਾ ਜਿਹੜਾ ਉਹ ਕਵਾਇਦ ਚੱਲ ਰਹੀ ਐ ਮੰਨਿਆ ਜਾ ਰਿਹਾ ਹੈ ਕਿ ਮੰਤਰੀ ਮੰਡਲ ਦੇ ਵਿੱਚ ਅੱਜ ਇਸ ਤੇ ਮੋਹਰ ਲੱਗ ਜਾਵੇਗੀ ਪਰ ਉਸ ਦੇ ਨਾਲ ਕੁਝ ਹੋਰ ਵੀ ਕਾਂਗਰਸ ਦੇ ਜਿਹੜੇ ਅਜਿਹੇ ਸੀਨੀਅਰ ਆਗੂ ਹੈਗੇ ਨੇ ਜਿਨ੍ਹਾਂ ਦੇ ਪਰਿਵਾਰਾਂ ਨੇ ਸ਼ਹਾਦਤਾਂ ਦਿੱਤੀਆਂ ਜੋ ਆਪ ਜਿਹੜੇ ਅੱਤਵਾਦ ਤੋਂ ਪੀੜਤ ਨੇ ਸਰਕਾਰ ਨੇ ਨਾ ਦਿੱਤਾ ਹੈ ਕਿ ਅੱਤਵਾਦ ਪੀੜਤਾਂ ਨੂੰ ਜਿਹੜੀ ਇਹ ਨੌਕਰੀ ਦਿੱਤੀ ਜਾ ਰਹੀ ਹੈ ਪਰ ਇੱਥੇ ਸਵਾਲ ਇਹ ਵੀ ਬੰਦਾ ਹੈ ਕਿ ਪੂਰੇ ਦੇਸ਼ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਕਿੰਨੇ ਲੋਕ ਜਿਹੜੇ ਅੱਤਵਾਦ ਤੋਂ ਪੀੜਤ ਨੇ ਕਿ ਸਾਰਿਆਂ ਨੂੰ ਅਜਹੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ ਜਾਂ ਸਿਰਫ ਮੁੱਖ ਮੰਤਰੀ ਪੰਜਾਬ ਆਪਣੇ ਵਿਧਾਇਕਾਂ ਦੀ ਗਿਣਤੀ ਵਧਾਉਣ ਲਈ ਹਾਈ ਕਮਾਂਡ ਅੱਗੇ ਆਪਣਾ ਪ੍ਰੈਸ਼ਰ ਬਣਾਉਣ ਲਈ ਤੇ ਆਪਣੀ ਜਿਹੜੀ ਹੈ ਉਹ ਤਾਕਤ ਦਿਖਾਉਣ ਲਈ ਇਹ ਸਭ ਕਰ ਰਹੇ ਨੇ ਸਾਡੇ ਨਾਲ ਚੇਅਰਮੈਨ ਨੇ ਇੰਡਸਟਰੀ ਦੇ ਕੇ ਕੇ ਬਾਬਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਸਭ ਤੋਂ ਵੱਡੀ ਗੱਲ ਦੱਸਤਾ ਮੈਂ ਦਿੱਤਾ ਗਿਆ ਕਿ ਅਤਵਾਦ ਪੀੜਿਤ ਮੇਰੇ ਖਿਆਲ ਧਾਕੋ ਜਿਆਦਾ ਚੰਗੀ ਤਰ੍ਹਾਂ ਕੋਈ ਨਹੀਂ ਜਾਣਦਾ ਹੋਣਾ ਕਿ ਅਤਵਾਦ ਪੀੜਿਤ ਕੀ ਹੁੰਦੇ ਨੇ ਤੇ ਉਹਨਾਂ ਦੇ ਪਰਿਵਾਰਾਂ ਦਾ ਕੀ ਹਾਲਾਤ ਹੁੰਦੇ ਨੇ ਤੁਸੀਂ ਬਹੁਤ ਮਾੜੇ ਦੌਰ ਚ ਲੰਗੇ ਹੋ ਕੀ ਕਹਿਣਾ ਚਾਹੋਗੇ ਇਕੱਲੇ ਦੌਰ ਵਿੱਚ ਲੰਗੇ ਨਹੀਂ ਅਤਵਾਦ ਆਪਣੇ ਸਰੀਰ ਤੇ ਹੰਡਾਇਆ ਮੇਰੇ ਦੋਨੋਂ ਲੱਤਾਂ ਦੇ ਵਿੱਚ AK47 ਦੀਆਂ ਗੋਲੀਆਂ ਲੱਗੀਆਂ ਹੋਈਆਂ ਅਸੀਂ ਉਹ ਸਮੇਂ ਆਪਣੇ ਸਰੀਰ ਤੇ ਹਟਾਇਨੇ ਤੇ ਅੱਜ ਪਰ ਦੇਖਦੇ ਆ ਸਾਡੀ ਪਾਰਟੀ ਦੇ ਵਿੱਚ ਵੀ ਜਦ ਟਿਕਟਾਂ ਦੀ ਵੰਡ ਹੁੰਦੀ ਹੈ ਉਦੋਂ ਜਿਹੜੇ ਮਾਪਦੰਡ ਬਣਾਏ ਜਾਂਦੇ ਨੇ ਉਦੋਂ ਕਿਸੇ ਦਾ ਕੰਮ ਕਿਸੇ ਦੀ ਕੁਰਬਾਨੀ ਕਿਸੇ ਦੀ ਸੀਨੀਅਰਟੀ ਕਿਸੇ ਦਾ ਦੇਸ਼ ਪ੍ਰੇਮ ਕਿਸੇ ਦਾ ਅਤਵਾਦ ਸਮੇ ਲੜਾਈ ਕਿਸਾ ਸੁਤੰਤਰਤਾ ਸੰਗਰਾਮੀ ਪਰਿਵਾਰ ਕੋਈ ਪੁਰਾਣੇ ਕਾਂਗਰਸ ਦੇ ਵਰਕਰ ਇਹ ਪੰਜੇ ਛੇ ਚੀਜ਼ਾਂ ਨੂੰ ਇਗਨੋਰ ਕਰਕੇ ਤੇ ਇੱਕ ਦੋ ਚੀਜ਼ਾਂ ਨੂੰ ਮਹੱਤਵ ਦੇ ਕੇ ਜਿਹੜਾ ਹੁਣ ਦੇ ਸਮੇਂ ਦਾ ਚੱਲ ਰਿਹਾ ਹੈ ਤੇ ਟਕਟਾਂ ਦੀ ਵੰਡ ਕੀਤੀ ਜਾਂਦੀ ਆ ਜਿਹੜੇ ਕਲੇਸ਼ ਪੈਂਦੇ ਨੇ ਤੁਸੀਂ ਦੇਖ ਰਹੇ ਹੋ ਪਾਰਟੀ ਦੇ ਅੰਦਰ ਕਿਤੇ ਨਾ ਕਿਤੇ ਆ ਜਿਹੜਾ ਕੁਝ ਚੱਲ ਰਿਹਾ ਹੈ ਬਹੁਤ ਲੋਕ ਨੇ ਜਿਨ੍ਹਾਂ ਦੇ ਕਾਂਗਰਸ ਉੱਪਰਲੇ ਲਵਾਸਤੀ ਦਿਖਾਈ ਦਿੰਦੀ ਜਾਂ ਬਹੁਤ ਲੋਕ ਨੇ ਜਿਨ੍ਹਾਂ ਦੇ ਅੰਦਰ ਕਾਂਗਰਸ ਹੈ ਰੌਲਾ ਤੇ ਅੰਦਰ ਤੇ ਬਾਹਰ ਕਾਂਗਰਸ ਦਾ ਹੈ ਹਾਂਜੀ ਅੱਜ ਕਾਂਗਰਸ ਕਿੱਥੇ ਖੜੀ ਹੈ ਅੱਜ ਇਹ ਸਾਡੀ ਹਾਈ ਕਮਾਂਡ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਕਿੱਥੇ ਆ ਵਰਕਰ ਜਿਹੜਾ ਕਾਂਗਰਸ ਪਾਰਟੀ ਦਾ ਵਰਕਰ ਹੈ ਤੇ ਉਹਨੂੰ ਤਾਂ ਤੁਸੀਂ ਇਹ ਦੇਖੋ 117 ਐਮਐਲਏ ਪੰਜਾਬ ਚ ਲੜੇ ਨੇ ਇਹ ਰਿਕਾਰਡ ਦੀ ਗੱਲ ਆ ਸਾਰੇ ਐਸਡੀਐਮ ਦਫ਼ਤਰਾਂ ਦੇ ਵਿੱਚ ਰਿਕਾਰਡ ਹੋਏਗਾ ਤੇ ਕਿਸੇ ਨੇ ਕਵਰਿੰਗ ਕੈਂਡੀਡੇਟ ਵੀ ਵਰਕਰ ਨੂੰ ਨਹੀਂ ਬਣਾਇਆ ਵੀ ਕਿਤੇ ਤਿਲਕ ਕੇ ਟਿਕਟ ਕਾਂਗਰਸ ਦੇ ਵਰਕਰ ਕੋਲੇ ਨਾ ਚਲੀ ਜਾਵੇ ਉਹਨਾਂ ਨੇ ਆਪਣੀ ਵਾਈਫ ਜਾ ਆਪਣੇ ਬੇਟੇ ਦਾ ਨਾਮ ਕਵਰੇਜ ਕੈਂਡੀਡੇਟ ਲਈ ਭਰਿਆ ਕਿਸੇ ਨੇ ਕਿਸੇ ਵਰਕਰ ਦਾ ਨਾਮ ਨਹੀਂ ਭਰਿਆ ਜਦ ਕਿ ਵਰਕਰ ਨੂੰ ਟਿਕਟ ਨਹੀਂ ਮਿਲਣੀ ਹੁੰਦੀ ਟਿਕਟ ਜਿਹਨੂੰ ਮਿਲੀ ਜਾ ਉਹਨੂੰ ਮਿਲਣੀ ਆ ਤੇ ਕਿਤੇ ਹਜ਼ਾਰਾਂ ਲੱਖਾਂ ਚੋਂ ਕਿਤੇ ਹੁੰਦਾ ਵੀ ਕਿਤੇ ਕੋਈ ਪੇਪਰ ਗਲਤ ਹੋਣ ਨਹੀਂ ਹੁੰਦੇ ਪਰ ਇੰਨਾ ਵੀ ਇਤਵਾਰ ਨਹੀਂ ਰਿਹਾ ਵਰਕਰ ਤੇ ਇਸ ਗੱਲ ਦਾ ਦੁੱਖ ਹੈ ਤੇ ਅੱਜ ਜਿਹੜਾ ਕਿਤੇ ਰੇਸ਼ ਪੈਂਦਾ ਜਾਂ ਕਿਤੇ ਫਰਕ ਆਉਂਦਾ ਜਾਂ ਕਿਤੇ ਡਿਫਰੈਂਸ ਆਉਂਦੇ ਆ ਖਿਆਲਾਂ ਦੇ ਵਿੱਚ ਕਹਿ ਲਓ ਜਾਂ ਕਿਤੇ ਫਰਕ ਆਉਂਦਾ ਉਹਦੇ ਵਿੱਚ ਇਹੀ ਵੱਡਾ ਕਾਰਨ ਹੈ ਕਿ ਕਾਂਗਰਸ ਕਿੰਿਆਂ ਦੇ ਅੰਦਰ ਹੈ ਤੇ ਬਾਹਰ ਹੈ ਤੇ ਬਾਹਰ ਵਾਲੇ ਕਾਂਗਰਸ ਵਾਲੇ ਮੌਜਾਂ ਲੈਂਦੇ ਆ ਤੇ ਅੰਦਰ ਵਾਲੇ ੱੱੱਕੇ ਖਾਂਦੇ ਆ ਬਾਬਾ ਜੀ ਲੱਗਦਾ ਕਿ ਤੁਹਾਨੂੰ ਹੁਣ ਵਿਧਾਨ ਸਭਾ ਚੋਣਾਂ ਆ ਰਹੀਆਂ ਨੇ ਆ ਕਾਂਗਰਸ ਵਿੱਚ ਜਿਹੜੀ ਆਪਸ ਦੇ ਵਿੱਚ ਗੁੱਟਬਾਜ਼ੀ ਜ਼ਰੂਰ ਕਿਤੇ ਨਾ ਕਿਤੇ ਚੱਲ ਰਹੀ ਹੈ ਹੁਣ ਮੁੜ ਤੋਂ ਜਿਹੜੇ ਦੋ ਧੜੇ ਆ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਪ੍ਰਗਟ ਸਿੰਘ ਹੁਰੀ ਵੱਖਰੇ ਹੋ ਗਏ ਨੇ ਹੁਣ ਕੈਪਟਨ ਮਨਿੰਦਰ ਸਿੰਘ ਹੁਣੀ ਵੱਖਰੇ ਹੋ ਗਏ ਨੇ ਲੱਗਦਾ ਕਿ ਜੇਕਰ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਂਦਾ ਜਾਂ ਸਾਰਿਆਂ ਨੂੰ ਜੋ ਜੋ ਬਣਦਾ ਮਾਨ ਸਤਕਾਰ ਸੀ ਸਾਰਿਆਂ ਨੂੰ ਮਿਲਦਾ ਤਾਂ ਜਿਹੜਾ ਆ ਦਿਨ ਹੈ ਅੱਜ ਜਿਹੜਾ ਕਾਟੋ ਕਲੇਸ਼ ਚੱਲ ਰਿਹਾ ਹੈ ਮੀਟਿੰਗਾਂ ਚੱ ਨਹੀਂ ਚਲੋ ਕਾਟੋ ਕਲੇਸ਼ ਦੇ ਜੋ ਵੀ ਮੈਂ ਸਮਝਦਾ ਕਿਤੇ ਨਾ ਕਿਤੇ ਜਿਹੜੇ ਖਿਆਲਤ ਨੇ ਜਿਹੜੇ ਵਿਚਾਰ ਨੇ ਜਿਹੜੀ ਸੋਚ ਹੈ ਜਿਹੜੀ ਆਈਡੀਓਲੋਜੀ ਹੈ ਜਿਹੜੀ ਪਾਰਟੀ ਦੀ ਵਿਚਾਰਧਾਰਾ ਹੈ ਇਹ ਕਿਤੇ ਨਾ ਕਿਤੇ ਕਮੀਆਂ ਆ ਰਹੀਆਂ ਨੇ ਉਹੀ ਕਾਰਨ ਬਣਦੀਆਂ ਨੇ ਜਦ ਕਿਤੇ ਕਲੇਸ਼ ਵਾਲੀ ਗੱਲ ਹੈ ਤੇ ਜਿਹੜੀ ਸਾਡੀ ਹਾਈ ਕਮਾਂਡ ਹੈ ਉਹਨੂੰ ਬਾਰੀਕੀ ਨਾਲ ਸੋਚਣਾ ਚਾਹੀਦਾ ਹੈ ਦੇਖਣਾ ਚਾਹੀਦਾ ਹੈ ਇਹਦਾ ਹੱਲ ਟਿਕਟਾਂ ਵੰਡਣ ਵੇਲੇ ਵੀ ਸੋਚਣਾ ਚਾਹੀਦਾ ਵੀ ਅਸੀਂ ਕਿਹੜੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਸੋ ਇਹ ਸੰਸਾਡੇ ਨਾਲ ਕ੍ਰਿਸ਼ਨ ਕੁਮਾਰ 바ਵਾ ਜੀ ਕੇਕੇ 바ਵਾ ਜੀ ਜੋ ਕਿ ਚੇਅਰਮੈਨ ਨੇ ਉਹਨਾਂ ਨੇ ਦੱਸਿਆ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਅਜੇ ਹ ਇਕ ਸਮਾਸੀ ਜਦੋਂ ਅਤਵਾਦ ਦਾ ਦੌਰ ਚੱਲ ਰਿਹਾ ਸੀ ਤਾਂ ਬਹੁਤ ਵੱਡੇ ਵੱਡੇ ਜਿਹੜੇ ਆਗੂ ਸੀਗੇ ਬਹੁਤ ਵੱਡੇ ਵੱਡੇ ਜਿਹੜੇ ਕਾਂਗਰਸ ਪਾਰਟੀ ਦੀ ਸੇਵਾ ਕਰਨ ਵਾਲੇ ਸੀ ਉਹਨਾਂ ਨੇ ਆਪਣੇ ਬਲੀਦਾਨ ਦਿੱਤੇ ਨੇ ਸੋ ਉਹਨਾਂ ਨੇ ਕਿਹਾ ਹੈ ਕਿ ਹਾਲਾਂਕਿ ਇਹ ਪਾਰਟੀ ਦਾ ਫੈਸਲਾ ਹੈਗਾ ਇਹ ਕਿਸੇ ਇੱਕ ਨੂੰ ਨਹੀਂ ਸਗੋ ਬਹੁਤ ਸਾਰੇ ਜਿਹੜੇ ਅਤਵਾਦ ਵਿਕਟਿਮ ਹੋਗੇ ਆ ਪੀੜਿਤ ਹੋਗੇ ਉਹਨਾਂ ਨੂੰ ਇਹ ਫਾਇਦੇ ਦਿੱਤੇ ਗਏ ਨੇ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸੋਚ ਵਿਚਾਰ ਕਰਨ ਦੀ ਵੀ ਲੋੜ ਹੈਗੀ ਆ ਸਮਾ ਜਿਹੜਾ ਉਹ ਕੋਖਣ ਦੀ ਜ਼ਰੂਰ ਲੋੜ ਹੈਗੀ ਆ ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਕੁਝ ਹੀ ਸਮਾਂ ਬਾਕੀ ਰਹਿ ਗਿਆ ਅਜਿਹੇ ਚ ਇਹ ਸਭ ਕੁਝ ਜਿਹੜਾ ਪਾਰਟੀ ਦੇ ਵਿੱਚ ਕਾਟੋ ਕਲੇਸ਼ ਵੀ ਚੱਲ ਰਿਹਾ ਉਹਨਾਂ ਨੇ ਕਿਹਾ ਜਿਹੜੀ ਵਿਚਾਰਧਾਰਾ ਜਿਹੜੀ ਕਾਂਗਰਸ ਸਰਕਾਰ ਲੈ ਕੇ ਚੱਲੀ ਸੀ ਜੋ ਕਿਤਨਾ ਕਿਤੇ ਅੱਜ ਧੜੇ ਬਾਜੀ ਚੱਲ ਰਹੀ ਹੈ ਉਸ ਨੂੰ ਲੈ ਕੇ ਜ਼ਰੂਰ ਜਿਹੜਾ ਹਾਈ ਕਮਾਂਡ ਨੂੰ ਤੇ ਪੰਜਾਬ ਪੱਧਰ ਤੇ ਪਾਰਟੀ ਨੂੰ ਸੋਚ ਵਿਚਾਰ ਕਰਨ ਦੀ ਜ਼ਰੂਰ ਲੋੜ ਹੈਗੀ ਆ ਬਰਿੰਦਰ ਸਿੰਘ ਥੈਂਦੀ ਟੀਵੀ ਭਾਰਤ ਲੁਧਿਆਣਾ